ਸਤਿ ਸ਼੍ਰੀ ਅਕਾਲ ਏਸ਼ੀਆ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਉਚਾਟ ਮਾਰਦੇ ਆ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਅੱਜ ਬਿਹਾਰ ਦੀ ਅਦਾਲਤ ਵਿੱਚ ਭਾਰਤੀ ਫੌਜ ਨੂੰ ਠੇਸ ਪਹੁੰਚਾਈ ਜਾਣ ਤੇ ਦੇਸ਼ ਧਰੋਹ ਦਾ ਮੁਕਦਮਾ ਦਰਜ ਕੀਤਾ ਗਿਆ ਹੈ ਜਿਸ ਤੇ ਅਗਲੇ ਹਫਤੇ ਸੁਣਵਾਈ ਹੋਵੇਗੀ। ਦਰਅਸਲ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਾਕਿਸਤਾਨ ਫੇਰੀ ਦੌਰਾਨ ਪਾਕਿਸਤਾਨ ਆਰਮੀ ਚੀਫ ਨੂੰ ਗਲੇ ਲਗਾਇਆ ਸੀ। ਇਸ ਤੋਂ ਬਾਅਦ ਸਿੱਧੂ ਦਾ ਚੁਫੇਰ ਉਹ ਤਿੱਖਾ ਵਿਰੋਧ ਹੋ ਰਿਹਾ ਸੀ। ਮੁਜ਼ੱਫਰਨਗਰ ਦੀ ਅਦਾਲਤ ਵਿੱਚ ਵਕੀਲ ਸੁਧੀਰ ਓਜਾ ਵੱਲੋਂ ਇਹ ਕੇਸ ਦਰਜ ਕਰਵਾਇਆ ਗਿਆ ਹੈ। ਉਹਨਾਂ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ ਤਹਿਤ ਦੇਸ਼ ਧਰੋਹ ਦਾ ਮੁਕਦਮਾ ਸਿੱਧੂ ਖਿਲਾਫ ਦਾਇਰ ਕਰਵਾਇਆ। ਉਹਨਾਂ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਸਿੱਧੂ ਨੇ ਇਸ ਹਰਕਤ ਦੇ ਨਾਲ ਦੇਸ਼ ਵਾਸੀਆਂ ਨੂੰ ਠੇਸ ਪਹੁੰਚਾਈ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੇ ਦੂਜੇ ਦਿਨ ਬਾਅਦ ਹੀ ਬਾਗੀ ਧੜੇ ਨੇ ਵੱਡਾ ਧਮਾਕਾ ਕੀਤਾ ਹੈ। ਉਹਨਾਂ ਨੇ ਸੁਖਪਾਲ ਖਹਿਰਾ ਨੂੰ ਆਰਜ਼ੀ ਤੌਰ ਤੇ ਪਾਰਟੀ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਬਾਗੀ ਧੜੇ ਵੱਲੋਂ ਬਣਾਈ ਗਈ ਰਾਜਸੀ ਮਾਮਲਿਆਂ ਬਾਰੇ ਕਮੇਟੀ ਨੇ ਕੀਤਾ, ਪਰ ਖਹਿਰਾ ਨੇ ਨਾ ਨੁੱਕਰ ਕੀਤੀ। ਇਸ ਮਗਰੋਂ ਖਹਿਰਾ ਨੇ ਕਿਹਾ ਕਿ ਆਉਣ ਵਾਲੀ ਕਨਵੈਨਸ਼ਨ ਦੌਰਾਨ ਪ੍ਰਵਾਨਗੀ ਲੈਣ ਤੇ ਹੀ ਅਹੁਦਾ ਮਨਜ਼ੂਰ ਕਰਨਗੇ। ਕਰੀਬ 14,000 ਕਰੋੜ ਰੁਪਏ ਦੇ PNB ਘਪਲੇ ਦਾ ਮੁੱਖ ਮੁਲਜ਼ਮ ਨੀਰਵ ਮੋਦੀ ਲੰਡਨ ਵਿੱਚ ਲੁਕਿਆ ਹੋਇਆ ਹੈ। ਕੇਂਦਰੀ ਜਾਂਚ ਬਿਊਰੋ CBI ਵੱਲੋਂ ਕਿਹਾ ਗਿਆ ਹੈ ਕਿ ਬ੍ਰਿਟੇਨ ਦੀ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। CBI ਨੇ ਬ੍ਰਿਟਿਸ਼ ਸਰਕਾਰ ਕੋਲੋਂ ਉਚਿਤ ਮਾਧਿਅਮ ਦੇ ਜ਼ਰੀਏ ਇਸ ਦੀ ਹਵਾਲਗੀ ਦੀ ਵੀ ਮੰਗ ਰੱਖੀ ਹੈ। ਖਬਰ ਏਜੰਸੀ ANI ਨੇ ਅੱਜ ਆਪਣੇ ਟਵਿੱਟਰ ਹੈਂਡਲ ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸਲਾਮਾਬਾਦ ਭਾਰਤ ਤੇ ਅਫਗਾਨਿਸਤਾਨ ਨਾਲ ਪਾਕਿਸਤਾਨ ਦੇ ਖਰਾਬ ਰਿਸ਼ਤਿਆਂ ਦੇ ਚੱਲਦਿਆਂ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਹ ਗੁਆਂਢੀ ਦੇਸ਼ਾਂ ਨਾਲ ਸੰਬੰਧਾਂ ਵਿੱਚ ਸੁਧਾਰ ਕਰਨਾ ਚਾਹੁੰਦੇ ਨੇ। ਸੋ ਚੁੱਕਣ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਵਿਦੇਸ਼ ਨੀਤੀ ਬਾਰੇ ਕਿਹਾ ਕਿ ਉਹ ਸਾਰੇ ਗੁਆਂਢੀ ਦੇਸ਼ਾਂ ਨਾਲ ਆਪਣੇ ਸੰਬੰਧ ਸੁਧਾਰਨਾ ਚਾਹੁੰਦੇ ਨੇ। ਜ਼ਰੂਰਤ ਸ਼ਾਂਤੀ ਦੀ ਹੈ, ਇਸ ਦੇ ਬਿਨਾਂ ਉਹ ਪਾਕਿਸਤਾਨ ਦੀ ਸਥਿਤੀ ਨਹੀਂ ਸੁਧਾਰ ਸਕਦੇ। ਨਵੀਂ ਦਿੱਲੀ ਕੇਰਲ ਵਿੱਚ ਬਾਰਿਸ਼ ਘਟਣ ਤੋਂ ਬਾਅਦ ਕੁਝ ਰਾਹਤ ਹੈ, ਪਰ ਪਹਿਲਾਂ ਹੋਈ ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਵਿੱਚ ਲੱਖਾਂ ਲੋਕ ਬੇਘਰ ਹੋ ਗਏ ਤੇ ਸੈਂਕੜਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿੱਚ ਹੜ੍ਹਾਂ ਕਾਰਨ ਮਚੀ ਤਬਾਹੀ ਤੋਂ ਬਾਅਦ ਤਕਰੀਬਨ 10 ਲੱਖ ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਨੇ। ਅਜਿਹੇ ਵਿੱਚ ਖਾਲਸਾ ਏਡ ਸੰਸਥਾ ਕੇਰਲ ਵਿੱਚ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੀ ਹੈ। ਇਸ ਸੰਸਥਾ ਵੱਲੋਂ ਕੋਚੀ ਦੇ ਗੁਰਦੁਆਰੇ ਵਿੱਚ ਲੰਗਰ ਤਿਆਰ ਕਰਕੇ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਖਾਲਸਾ ਏਡ ਦੇ ਵਲੰਟੀਅਰਾਂ ਵੱਲੋਂ ਦੱਸਿਆ ਗਿਆ ਕਿ ਉਹ ਇੱਥੇ ਲਗਭਗ 2 ਮਹੀਨੇ ਤੱਕ ਰਹਿ ਕੇ ਹੜ੍ਹ ਪੀੜਤਾਂ ਦੀ ਮਦਦ ਕਰਨਗੇ। ਪੱਛਮ ਬੰਗਾਲ ਦੀ ਪਾਠ ਪੁਸਤਕ ਵਿੱਚ ਐਥਲੀਟ ਮਿਲਖਾ ਸਿੰਘ ਦੀ ਥਾਂ ਫਿਲਮੀ ਅਦਾਕਾਰ ਫਰਹਾਨ ਅਖਤਰ ਦੀ ਤਸਵੀਰ ਛਪ ਗਈ ਹੈ। ਇਹ ਮਾਮਲਾ ਟਵਿੱਟਰ ਤੇ ਇੱਕ ਯੂਜ਼ਰ ਨੇ ਤਸਵੀਰ ਸ਼ੇਅਰ ਕਰਕੇ ਉਜਾਗਰ ਕੀਤਾ ਹੈ। ਟਵਿੱਟਰ ਤੇ ਬਹੁਤ ਸਾਰੇ ਲੋਕਾਂ ਨੇ ਇਸ ਵੱਡੀ ਗਲਤੀ ਦੀ ਆਲੋਚਨਾਤਮਕ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਨੇ। ਪਾਠ ਪੁਸਤਕ ਵਿੱਚ ਪ੍ਰਕਾਸ਼ਕ ਨੇ ਐਥਲੀਟ ਮਿਲਖਾ ਸਿੰਘ ਦੀ ਥਾਂ ਅਦਾਕਾਰ ਫਰਹਾਨ ਦੀ ਫੋਟੋ ਹੀ ਛਾਪ ਦਿੱਤੀ, ਜਿਸ ਨੇ 2013 ਵਿੱਚ ਐਥਲੀਟ ਮਿਲਖਾ ਸਿੰਘ ਦੀ ਜੀਵਨੀ ਤੇ ਆਧਾਰਿਤ ਫਿਲਮ ਭਾਗ ਮਿਲਖਾ ਭਾਗ ਵਿੱਚ ਮਿਲਖਾ ਸਿੰਘ ਦਾ ਕਿਰਦਾਰ ਨਿਭਾਇਆ ਸੀ। ਅਦਾਕਾਰ ਫਰਹਾਨ ਅਖਤਰ ਨੇ ਵੀ ਪੱਛਮ ਬੰਗਾਲ ਦੇ ਸਿੱਖਿਆ ਮੰਤਰੀ ਨੂੰ ਪਾਠ ਪੁਸਤਕ ਵਿੱਚ ਗਲਤੀ ਨਾਲ ਛਪੀ ਉਸਦੀ ਤਸਵੀਰ ਬਦਲਾਉਣ ਦੀ ਅਪੀਲ ਕੀਤੀ ਹੈ। ਉੱਤਰਾਖੰਡ ਦੇ ਮਸ਼ਹੂਰ ਸੈਰ ਸਪਾਟਾ ਸਥਾਨ ਨੈਨੀਤਾਲ ਦੀ ਨੈਨੀ ਝੀਲ ਨੇੜੇ ਲੋਅਰ ਮਾਲ ਰੋਡ 25 ਮੀਟਰ ਝੀਲ ਵਿੱਚ ਸਮਾ ਗਈ ਹੈ। ਇਸ ਤੋਂ ਬਾਅਦ ਮੇਨ ਮਾਲ ਰੋਡ ਤੇ ਵੀ ਖਤਰਾ ਮੰਡਰਾ ਰਿਹਾ ਹੈ। ਦਰਅਸਲ ਮਾਲ ਰੋਡ ਕਾਫੀ ਲੰਬੇ ਸਮੇਂ ਤੋਂ ਜ਼ਮੀਨ ਵਿੱਚ ਧੱਸ ਰਹੀ ਸੀ, ਪਰ ਨਿਰਮਾਣ ਵਿਭਾਗ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਇਹ ਸਾਫ਼ ਹੋ ਗਿਆ ਕਿ ਮਾਲ ਰੋਡ ਕਮਿਸ਼ਨ ਬਾਜੀ ਦੇ ਚੱਲਦਿਆਂ ਹੇਠਾਂ ਧੱਸ ਗਈ ਹੈ। ਇਸ ਤੋਂ ਬਾਅਦ ਲੋਅਰ ਮਾਲ ਰੋਡ ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ 1 ਸਾਲ ਤੋਂ ਮਾਲ ਰੋਡ ਵਿੱਚ ਲਗਾਤਾਰ ਦਰਾੜ ਪੈ ਰਹੀ ਸੀ, ਪਰ ਵਿਭਾਗ ਨੇ ਰੋਡ ਨੂੰ ਜੜ੍ਹ ਤੋਂ ਠੀਕ ਕਰਨ ਦੀ ਬਜਾਏ ਸਿਰਫ ਦਰਾਰ ਦੇ ਵਿੱਚ ਬਜਰੀ ਰੋੜੀ ਭਰ ਕੇ ਕੰਮ ਸਾਰ ਦਿੱਤਾ, ਜਦਕਿ ਇਸ ਦਾ ਖਾਮਿਆਜ਼ਾ ਹੁਣ ਭੁਗਤਣਾ ਪਵੇਗਾ। ਭਾਰਤੀ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਅੱਜ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ ਮੁਕਾਬਲੇ ਵਿੱਚ ਰਵੀ ਕੁਮਾਰ ਪਿੱਛੇ ਰਹਿ ਗਿਆ, ਉਸ ਨੂੰ 4ਥਾ ਸਥਾਨ ਹਾਸਲ ਹੋਇਆ ਹੈ। ਦੀਪਕ ਨੇ ਫਾਈਨਲ ਵਿੱਚ 247.1 ਅੰਕ ਹਾਸਲ ਕਰਕੇ ਸਿਲਵਰ ਮੈਡਲ ਤੇ ਕਬਜ਼ਾ ਕੀਤਾ। ਭਾਰਤ ਤੋਂ ਫਰਾਰ ਅੰਡਰਵਰਲਡ ਬਦਮਾਸ਼ ਦਾਊਦ ਇਬਰਾਹਿਮ ਦੇ ਕਰੀਬੀ ਜਬੀਰ ਮੋਤੀ ਨੂੰ ਸੁਰੱਖਿਆ ਏਜੰਸੀਆਂ ਨੇ ਲੰਡਨ ਤੋਂ ਗ੍ਰਿਫਤਾਰ ਕਰ ਲਿਆ ਹੈ। ਪਾਕਿਸਤਾਨੀ ਨਾਗਰਿਕ ਜਬੀਰ ਦਾਊਦ ਦੇ ਪੈਸੇ ਧੇਲੇ ਦਾ ਹਿਸਾਬ ਰੱਖਦਾ ਸੀ। ਜਬੀਰ 10 ਸਾਲਾਂ ਦੇ ਵੀਜ਼ੇ ਤੇ ਬ੍ਰਿਟੇਨ ਵਿੱਚ ਰਹਿ ਰਿਹਾ ਸੀ। ਕੁਆਇਲੀ ਟਰਾਂਸਮਿਸ਼ਨ, ਯੂਨਾਈਟਿਡ ਪੰਜਾਬ ਐਂਟਰਟੇਨਮੈਂਟ, ਮੈਡੀਸਟਾਰ ਸਕਾਈ ਵਿਊ ਕਲੀਨਿਕ, ਸਾਂਝਾ ਪੰਜਾਬ ਗਰੋਸਰੀ ਸਟੋਰ ਅਤੇ ਹਰਪਿੰਦਰ ਸਿੱਧੂ ਵੱਲੋਂ ਕੈਲਮਾਊਂਟ ਵੋਲਵੋ ਪੰਜਾਬੀ ਨੈਸ਼ਨਲ ਮੇਲਾ ਕਰਵਾਇਆ ਗਿਆ, ਜਿਸ ਵਿੱਚ ਹਾਸਰਸ ਕਲਾਕਾਰ ਦੀਪਕ ਰਾਜ ਨੇ ਆਪਣੇ ਨਵੇਂ ਪੁਰਾਣੇ ਕਾਮੇਡੀਅਨ ਅੰਦਾਜ਼ ਨਾਲ ਦਰਸ਼ਕਾਂ ਨੂੰ ਖੂਬ ਹਸਾਇਆ। ਇਸ ਮੌਕੇ ਗਾਇਕ ਮਨਮੋਹਨ ਵਾਰਿਸ, ਕਮਲਹੀਰ ਸੰਗਤਾਰ, ਬਲਬੀਰ ਬੋਪਾ ਰਾਏ, ਗਾਇਕਾ ਕਮਲਜੀਤ ਨੀਰੂ ਅਤੇ ਦੋਗਾਨਾ ਜੋੜੀ ਆਤਮਾ ਸਿੰਘ ਅਤੇ ਅਮਨ ਰੋਜੀ ਨੇ ਵੀ ਖੂਬ ਰੰਗ ਬੰਨਿਆ। ਇਸ ਸਮੇਂ ਅਮਰਜੀਤ ਸਿੰਘ ਸੋਹੀ ਕੈਬਨਿਟ ਮੰਤਰੀ, ਇਰਫਾਨ ਸਾਬਿਰ ਕੈਬਨਿਟ ਮੰਤਰੀ ਅਤੇ ਸੰਸਦ ਮੈਂਬਰ ਦੀਪਕ ਓਬਰਾਏ ਵੱਲੋਂ ਪ੍ਰਬੰਧਕਾਂ ਨੂੰ ਇਸ ਮੇਲੇ ਦੀ ਸਫਲਤਾ ਲਈ ਵਧਾਈ ਦਿੱਤੀ ਗਈ। ਇਸ ਮੇਲੇ ਵਿੱਚ ਲੋਕਲ ਕਲਾਕਾਰਾਂ ਗਾਇਕ ਬਲਬੀਰ ਸਿੰਘ ਗੋਰਾ, ਮਲਕੀਤ ਸਿੰਘ ਗੁਰਜਾਨ, ਦਲਜੀਤ ਸਿੰਘ ਸੰਧੂ ਅਤੇ ਜੋਗਿੰਦਰ ਸਿੰਘ ਹੋਰਾਂ ਵੱਲੋਂ ਵੀ ਹਾਜ਼ਰੀ ਲਗਵਾਈ ਗਈ।